ਇਹ ਜਿਹੜੀ ਹਸਦ ਦੇ ਬਾਰੇ ਤਕਰੀਰ ਕਰਦੇ ਪਏ ਹੋ, ਮੌਲਾ ਅਗਰ ਕੋਈ ਟਾਈਮ ਆਵੇ ਤੇ ਬੰਦਿਆਂ ਦਾ ਪਤਾ ਕਈ ਨਿਸ਼ਾਨੀ ਚ ਦੱਸੋ ਆ, ਕਈ ਅਲਾਮਤ ਚ ਦੱਸੋ ਆ, ਉਸ ਅਲਾਮਤ ਤੋਂ ਪਤਾ ਲੱਗਿਆ ਜੋ ਇਹ ਬੰਦਾ ਮੇਰੇ ਨਾਲ। ਸਾਈ ਫਰਮਾਈਂਦੇ ਨੇ ਜਿਹੜਾ ਕਰਿੰਦਾ ਨਾ ਹਸਦ ਉਹਨੂੰ ਆਖਦੇ ਨੇ ਹਾਸਿਦ, ਤੇ ਹਾਸਿਦ ਦੀਆਂ ਸਾਈ ਫਰਮਾਈਂਦੇ ਨੇ ਤਰਾਏ ਅਲਾਮਤਾਂ। ਸੁਣਦੇ ਹੋ ਯਾਈ ਥਾਂ ਦੁਆ ਚ ਮੰਗਾ ਹੈ। ਅੱਛਾ ਪਤਾ ਲੱਗ ਪਿਆ ਸੀ ਨਾ ਸਾਈਂ, ਸਾਈਂ ਫਰਮਾਈਂਦੇ ਨੇ ਹਸਦ ਕਰਨ ਵਾਲਿਆਂ ਦੀਆਂ ਕਿਤਨੀਆਂ ਅਲਾਮਤਾਂ। ਸਾਈਂ ਫਰਮਾਈਂਦੇ ਨੇ ਪਹਿਲੀ ਅਲਾਮਤ ਆ ਇਹ, ਜਦਾਂ ਉਹ ਤੇਰੇ ਮੂੰਹ ਤੇ ਆਸੀ ਨਾ, ਤੇਰੀ ਖੁਸ਼ਾਮਦ ਕਰੇ ਸੀ, ਤੂੰ ਕਾਂਡ ਵਾਲਾ ਸੀ ਤੇ ਗਿਲਿਆਂ ਦਾ ਇਦੂ ਬੰਬਾਰ ਸੀ। ਮੂੰਹ ਤੇ ਆਖੀ ਆਓ ਸਾਈਂ, ਆਓ ਸੈਯਦਾਦਾ, ਆਓ ਖਾਨ ਜੀ, ਆਓ ਸਰਦਾਰ ਜੀ, ਆਓ ਮਲੁਕ ਜੀ, ਮਲੁਕ ਹੋਰ ਇਹਦੇ ਵਈ ਸਨ ਪਿੱਛੋਂ ਆਖੀ ਇਹਦਾ ਹਾਲ ਹੀ ਡਿੱਠੇ। ਸਾਈਂ ਫਰਮਾਈਂਦੇ ਨੇ ਮੂੰਹ ਤੇ ਖੁਸ਼ਾਮਦ ਤੇ ਕੰਡੂ ਪਿੱਛੇ ਇਹ ਹਾਸਦ ਦੀ ਪਹਿਲੀ ਅਲਾਮਤ। ਸਾਈਂ ਫਰਮਾਈਂਦੇ ਨੇ ਦੂਈ ਹਾਸਦ ਦੀ ਅਲਾਮਤ ਇਹ, ਜਦਣ ਤੂੰ ਗਮਗੀਨ ਹੋਸੇ ਨਾ, ਪਰੇਸ਼ਾਨ ਹੋਸੇ, ਉਹ ਅੰਦਰੋਂ ਅੰਦਰੋਂ ਖੁਸ਼ ਹੋਸੀ, ਆਖਸੀ ਸ਼ੁਕਰ ਹੈ ਕਾਂ ਬਲਾਂ ਤੇ ਤਪੀ ਹੈ, ਪਰੇਸ਼ਾਨ ਹੋ ਗਏ ਹੋ। ਇਹ ਤੁਹਾਨੂੰ ਗਲਤ ਆਖੀ ਵਧੇ ਜੋ ਮੌਲਵੀਆਂ ਨੂੰ ਮਜਲਿਸ ਪੜ੍ਹਨ ਦਾ ਵਾਲ ਨਹੀਂ ਆਉਂਦਾ, ਸਾਨੂੰ ਚੋਖਾ ਵਾਲ ਲਾਉਂਦਾ, ਤੁਸਾਂ ਇਰਾਦਾ ਕਰਕੇ ਆਇਆ ਕਰੋ, ਤਵੱਜੋ ਫਰਮਾ ਰਹੇ ਹੋ ਜਾਂ ਕੋਈ ਨਾ, ਇਸ ਵਜ੍ਹਾ ਤੂੰ ਤੈਨੂੰ ਆ ਦਿਨ ਮੌਲਵੀ ਦੀ ਤਕਰੀਰ ਨਾ ਸੁਣੇ, ਮੌਲਾਨਾ ਦੀ ਤਕਰੀਰ ਨਾ ਸੁਣੇ। ਆਲਮ ਨੂੰ ਕਿਹੜਾ ਪਤਾ ਜੋ ਵਿਲਾਇਤ ਕੇ ਤੇ ਫਰਮਾਨ ਕੇ ਤੇ ਕੁਰਾਨ ਕੇ ਰਾਜ ਨਥੀ ਵੇ, ਤੇਰੇ ਪਹਿਲੇ ਦੇਹ ਤੋਂ ਲੈ ਕੇ ਕਬਰ 'ਚ ਪੂਰਨ ਤੱਕ ਆਲਮ ਜ਼ਿੰਮੇਦਾਰ ਹੈ, ਤੇ ਦਰਮਿਆਨ 'ਚ ਭਗੌੜਾ ਬਣਨਾ ਹੈ। ਅਜ਼ਾਨ ਦੇਵੇ, ਅਜ਼ਾਨ ਦੇਵੇ ਆਲਮ ਜਦ ਜਵਾਨ ਹੋਏ, ਨਿਕਾਹ ਪੜੇ ਆਲਮ ਜਦਾਂ ਫੂਕਾ ਨਿਕਲੇ, ਜਨਾਜ਼ਾ ਪੜੇ ਆਲਮ, ਤਲਕੀਨ ਪੜੇ ਆਲਮ। ਜ਼ਵਾਰ ਸਾਹਿਬ ਆਪਣੇ ਛੱਡ ਗਏ, ਕੱਲਾ ਮੌਲਾਨਾ ਸਾਹਿਬ ਖਲਾਦਾ ਇਸਮਾ ਇਫਹਮ, ਇਸਮਾ ਇਫਹਮ। ਉਹ ਤੈਨੂੰ ਗਲਤ ਆਦਿਆ ਨੀ, ਮੈਂ ਤੇਰਾ ਖੈਰ ਖਾ, ਸੁਣ ਲੈ ਅੱਲਾ ਤੇਰਾ ਰੱਬ ਏ, ਮੁਸਤਫਾ ਤੇਰਾ ਨਬੀ ਏ, ਅਲੀ ਤੇਰਾ ਪਹਿਲਾ ਇਮਾਮ ਏ, ਆਖਰੀ ਦਾ ਨਾਮ ਮਹਿ ਸਾਈਂ ਮਿਹਰਬਾਨੀ। ਮੈਂ ਤੁਹਾਡੀ ਮੁਹੱਬਤ ਬਹੁਤ ਢੇਰ ਹੈ ਭਾਈ ਭਾਈ, ਮੈਂ ਇਤਨਾ ਨਹੀਂ ਪੜ੍ਹ ਸਕਦਾ, ਬਸ ਤੁਹਾਡੀ ਮੁਹੱਬਤ ਢੇਰ ਹੈ। ਸਾਈਂ ਫਰਮਾਈਂਦੇ ਨੇ ਪਹਿਲੀ ਹਾਸੇ ਦੀ ਅਲਾਮਤ ਜੋ ਮੂੰਹ ਤੇ ਖੁਸ਼ਾਮਤ ਤੇ ਕੰਡੂ ਪਿੱਛੇ, ਦੂਈ ਅਲਾਮਤ ਨਹੀਂ ਤੁਸੀਂ ਥੱਕ ਤਾਂ ਨਹੀਂ ਗਏ। ਸਾਈਂ ਫਰਮਾਈਂਦੇ ਨੇ ਚੁੱਕੇ ਮੈਨੂੰ ਆਖਿਆ ਗਿਆ, ਬਾਬਾ ਜੀ ਮੈਨੂੰ ਆਖਿਆ ਗਈ ਹੈ ਬਈ ਕੋਲਖਾਨੀ ਤੇ ਤੁਸੀਂ ਇੱਥੇ ਪੜ ਗਏ ਹੋ, ਤੇ ਤੁਹਾਡੀ ਮੁਹੱਬਤ ਹੈ ਲੋਕਾਂ ਦੇ ਦਿਲਾਂ, ਥੋੜ੍ਹੀ ਜਿਹਾ ਰਾਜ ਕੇ ਪੜਿਆ ਤਾਂ ਹੀ ਚੋਖਾ ਪੜੀ ਖਲਾਂ। ਮਾਲਿਕ ਤੋਂ ਕੋਈ ਸਲਾਮਤ ਰੱਖੇ, ਦੁਆ ਫਰਮਾਈਸ਼ਨ ਜਿਹੜੇ ਚਿੱਟੀ ਦਾੜੀ ਵਾਲੇ ਬਜ਼ੁਰਗ ਬੈਠੇ ਜਵਾਨਾਂ, ਉਹ ਦੁਆ ਕਰਿਆ ਹੈ ਅੱਲਾਹ ਪਾਕ ਹੱਕ ਆਖਣ ਦੀ ਤੋਫੀਕ ਦੇਵੇ। ਦੂਈ ਅਲਾਮਤ ਤਵੱਜੋ, ਤੂੰ ਗਮਗੀਨ ਹੋਸੇ, ਉਹ ਖੁਸ਼ ਹੋਸੀ। ਸਾਈਂ ਫਰਮਾਈਂਦੇ ਤ੍ਰੀ ਅਲਾਮਤ ਇਹ, ਤੂੰ ਖੁਸ਼ ਹੋਸੇ, ਉਹ ਪਰੇਸ਼ਾਨ ਹੋਸੀ। ਤੂੰ ਖੁਸ਼ ਹੋ ਸੇ, ਉਹ ਅਕਸੀ ਪਤਾ ਨਹੀਂ ਯਾਰ, ਨਿਤ ਹੱਸਦਾ ਵਧਾਉਂਦਾ ਹੈ, ਮੁੜ ਕੇ ਹੀ ਖੁਸ਼ੀਆਂ ਚਾਈ ਵਧੀਆਂ ਸੀ, ਬੈਠੇ ਹੋ ਟੁਰ ਗਏ ਹੋ ਹੈਂ,
ਇਹ ਹਾਸੇ ਦੀ ਅਲਾਮਤ ਹੈ। ਉਹ ਮੇਰਾ ਸ਼ੀਆ ਸੁਣੀ ਵੀਰਾ, ਇਹ ਜ਼ਰੂਰੀ ਹੈ ਤਾਂ ਪੜ੍ਹਦਾ ਖਲਾਂ, ਦਲੀਲ ਕੁਰਾਨ 'ਚ ਦੇਣਾ। ਬਾਬਾ ਜੀ ਐਡੀ ਜ਼ਰੂਰੀ ਆਈ ਨਾ, ਇਹ ਬਿਮਾਰੀ ਤੂੰ ਆਗਾਹੀ ਜੋ ਅੱਲਾ ਵਸੀਲਾ ਹੀ ਦਰਮਿਆਨ 'ਚ ਨਹੀਂ ਬਣਾਇਆ, ਡਾਇਰੈਕਟ ਕੁਰਾਨ 'ਚ ਆਖਸ ਕੁਲ ਆਊਜ਼ ਬਿ ਰੱਬਿਲ ਫਲਕ ਬਿਨ ਸ਼ਰ ਮਾ ਖਲਕ ਵ ਮਿਨ ਸ਼ਰ ਗਾਸਿਕਿਨ ਇਜ਼ਾ ਵਕਬ ਵ ਮਿਨ ਸ਼ਰ ਨਫਾਸਾਤ ਫਿਲ ਉਕਦ ਵ ਮਿਨ ਸ਼ਰ ਹਾਸਿਦਿਨ ਇਜ਼ਾ ਹਸਦ। ਢੇਰ ਸਾਰੀਆਂ ਗੱਲਾਂ ਕਰਨ ਦੇ ਬਾਅਦ ਸੂਰਾ ਫਲਕ ਦੀ ਆਖਰੀ ਆਇਤ ਅੱਲਾ ਮੁਕਾਈ ਇੱਥੇ ਡਾਇਰੈਕਟ ਆਪਣੇ ਮੁਸਤਫਾ ਨੂੰ ਆਖਿਆ, ਮੇਰਾ ਮੁਸਤਫਾ ਇਹ ਵੱਡੀ ਬਿਮਾਰੀ ਆਈ ਹਸਦ, ਇਹ ਗੰਦੀ ਬਿਮਾਰੀ ਆਈ ਹਸਦ, ਇਹ ਖਤਰਨਾਕ ਬਿਮਾਰੀ ਆਈ ਹਸਦ। ਜਦਾਂ ਕਹੇ ਹਾਸੇ ਤੇ ਹਸਦ ਦਾ ਡਰ ਲੱਗੀ, ਮੇਰੀ ਪਨਾਹ ਮੰਗੇ ਮੈਂ ਬਚਾ ਸਕਦਾ। ਹਾਏ 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 ਹਾਏ, ਬਸ ਫਿਰ ਕਦੀ ਜ਼ਿੰਦਗੀ ਹੋਈ? ਇਹ ਹਸਦ ਰਸੂਲ ਦੀ ਅੱਖ ਬੰਦ ਹੋਈ ਹੈ, ਲੋਕਾਂ ਸ਼ਹੀਦਾਂ ਦੇ ਵਿਹੜੇ ਨਾਲ ਹਸਦ ਸ਼ੁਰੂ ਕਰ ਲਈ। ਬਲਕਿ ਮੈਂ ਤਾਂ ਨਾ ਰਸੂਲ ਦੇ ਅੱਖ ਬੰਦ ਕੇ ਹੋਣੀ ਆਈ, ਰਸੂਲ ਦੇ ਹੁੰਦਿਆਂ ਹੀ ਲੋਕਾਂ ਹਸਦ ਸ਼ੁਰੂ ਕਰ ਦਿੱਤਾ। ਇਦੋਂ ਅੱਖ ਬੰਦ ਹੋਈ ਹੈ, ਉਦੋਂ ਨਬੀ ਦੀ ਧੀ ਦੇ ਦਰਵਾਜ਼ੇ 'ਤੇ ਆ ਗਏ। ਹਜਾ ਦਰਵਾਜ਼ਾ ਨਾ ਹੀ ਜੱਲਾ, ਹਜਾ ਪਾਸਾ ਜ਼ਖਮੀ ਨਾ ਹੀ ਹੋਇਆ ਸਰ ਚਾਵੇਂ, ਹਜਾ ਅਲੀ ਇਸ ਰੰਗ 'ਚ ਦਰਬਾਰ ਨਾ ਹੀ ਗਿਆ, ਜੋ 28 ਰਜਬ ਸ਼ਹੀਦਾਂ ਨੂੰ ਹੀ ਮਦੀਨਾ ਛੋੜਨਾ ਪੈ ਗਿਆ। ਇਹੋ ਤਾਂ ਹੈ ਸ਼ਹੀਦਾਂ ਦੇ ਵਿਹੜੇ ਨਾਲ ਹਸਦ। ਇਹਨਾਂ ਨੂੰ ਅੱਲਾ ਇਮਾਮ ਬਣਾਇਆ ਹੀ, ਹੁਜਤ ਖੁਦਾ ਬਣਾਇਆ ਹੀ, ਨਾਕਾਮ ਅਤੇ ਨਾ ਮੁਰਾਦਾਂ ਹਸਦ ਦੀ ਵਜ੍ਹਾ ਤੋਂ ਡਰ ਕੇ, ਜੋ ਅਗਰ ਲੋਕਾਂ ਨੂੰ ਇਹਨਾਂ ਦੇ ਮਕਾਮ ਦਾ ਪਤਾ ਲੱਗ ਗਿਆ ਤਾਂ ਇਹ ਤਾਂ ਹਕੀਕੀ ਖਿਲਾਫਤ ਸੰਭਾਲ ਵਈ ਸਨ, ਸਾਡੀ ਰਿਜ਼ਕ ਰੋਜ਼ੀ ਟੁੱਕਰ ਬੰਦ ਹੋ ਗਈ ਸੀ। ਅੱਲਾ ਦੀ ਕਸਮ, ਏਡਾ ਉਜਾੜਿਆ ਨੇ ਨਾ ਸ਼ਹੀਦਾਂ ਨੂੰ ਸ਼ੇਰਗੜ੍ਹ ਵਾਲਾ, ਏਡਾ ਉਜਾੜਿਆ ਨੇ ਦੀਨ ਦੀ ਖਾਤਰ ਵਸਈਆ ਦੀ ਲੁਟੀਂਦੇ ਰਹਿਣ। ਇਹ ਦੀਨ ਮਜ਼ਾਕ ਨਹੀਂ, ਇਸ ਦੀਨ 'ਤੇ ਅਲੀ ਅਕਬਰ ਦਾ ਸੀਨਾ ਲੱਗੇ, ਅਲੀ ਅਸਗਰ ਦਾ ਗਲ ਲੱਗੇ, ਗਾਜ਼ੀ ਦੇ ਬਾਜ਼ੂ ਲੱਗੇ ਨਹੀਂ, ਜ਼ੈਨਬ ਦੀ ਚਾਦਰ ਲੱਗੇ। ਹਾਏ ਕਰਕੇ ਰੋਵਣ ਵਾਲਾ, ਦੀਨ ਸੌਖਾ ਨਹੀਂ ਹੋ ਬਚਿਆ ਦੀਨ। ਅੱਲਾ ਦੀ ਕਸਮ ਨੌਜਵਾਨ ਵੀਰਾ, ਅੱਲਾ ਕਰੇ ਮੈਂ ਸਮਝਾ ਲਵਾਂ, ਇਹਨਾਂ ਸ਼ਹੀਦਾਂ ਦਾ ਉਹ ਵੀ ਮਾਰਿਆ ਏ ਜਿਹੜਾ ਟੁਰ ਨਾ ਹੀ ਸਕਦਾ। ਅੱਛਾ ਮੈਂ ਇੰਤਜ਼ਾਰ ਨਹੀਂ ਕਰਾਂਦਾ, ਜੋ ਕਿ ਝੋਲਾ ਮੈਂ ਮੰਗਵਾਈ ਸਾਂ ਇੱਥਾਂ ਹੀ, ਅੱਜ ਮੈਂ ਵਿਖਾਵਣਾ ਜੋ ਰੁਬਾਬ ਦਾ ਘਰ ਉਜੜਿਆ ਕਿਵੇਂ। ਮਾਤਮੀਆਂ, ਜਿਹੜੇ ਰੁਬਾਬ ਦੇ ਪੁੱਤਰ ਨੂੰ ਰੋਵਣ ਆਇਓ ਨਾ, ਸ਼ਾਮ ਦੇ ਬਾਹਰੋਂ ਇੱਕ ਜਹਾ 'ਤੇ ਸ਼ਹੀਦਾਂ ਦਾ ਲੁੱਟਾ ਕਾਫਲਾ ਰੁਕਾ, ਲੋਕਾਂ ਡਿੱਠਾ ਇੱਕ ਈਸਾਈ ਔਰਤ ਜਿਹਦੇ ਸਰ 'ਤੇ ਚਾਦਰ ਕਾਈ ਨਹੀਂ, ਭੱਜਦੀ ਆਈਏ ਨੇੜੇ ਆ ਕੇ ਆਦੀਏ, ਲੋਗੋਂ ਇਸ ਬਾਜ਼ਾਰ 'ਚ ਕਾਇਮ ਮੁਬਾਲੇ ਵਾਲੇ ਦੀ ਧੀ ਡਿੱਠੀ ਹੈ। ਲੋਕ ਪੁੱਛਦੇ ਨੇ ਤੂੰ ਕਿਉਂ ਪੁੱਛਦੀ ਹੈ, ਸਰ ਚਵਿਆ ਆਦੀਏ, ਜਿਵੇਂ ਸਮਦੀਆਂ ਮੈਨੂੰ ਮਰੀਅਮ ਜਗਾਈਂਦੀ ਹੈ, ਆਦੀਏ ਨੇਂਦਰਾਂ ਛੋੜ ਬਾਜ਼ਾਰ 'ਚ ਸਾਡੀ ਸਰਦਾਰ ਦੀ ਧੀ ਵਧੀ ਰੁਲਦੀ ਹੈ। ਜਵਾਨਾ ਭੈਣਾਂ ਦੇ ਪਰਦੇ ਉਹ ਨੇ, ਜਵਾਨਾ ਸ਼ਲ ਤੁਹਾਡੇ ਦੁੱਖ ਤੁਹਾਡੇ ਮਾਂ ਪਿਓ ਨਾ ਵੇਖੇ, ਇਹ ਜਿਤਨੇ ਛੋਟੇ ਬੱਚੇ ਰੋਂਦੇ ਬੈਠੇ ਨੇ ਸ਼ਲ ਇਹਨਾਂ ਦੀਆਂ ਜ਼ਿੰਦਗੀਆਂ ਹੋਵੇ, ਇਹ ਜਵਾਨ ਹੋਵੇ, ਇਹਨਾਂ ਦੀਆਂ ਖੁਸ਼ੀਆਂ ਇਹਨਾਂ ਦੇ ਮਾਂ ਪਿਓ ਵੇਖੇ, ਤੇਰੀ ਹਾਂਜ ਜੋ ਨਹੀਂ ਆਉਂਦੀ ਪਈ, ਤੁਸਾਂ ਅਸਾਂ ਪੋਤਰ ਪਾਲੇ ਨ ਪਰਨਾਏ ਨ ਹੁਸੈਨ ਕੋ ਹਾਏ। ਹਾਏ ਮੇਰਾ ਅੱਲਾ, ਹੁਸੈਨ ਕਰਬਲਾ ਪੁੱਤਰ
ਕੋ ਆਏ ਈਸਾਈ ਔਰਤਾਂ ਦੀ ਕਹਿਣ ਡਿੱਠੇ ਮੁਬਾਲੇ ਵਾਲੇ ਦੀ ਧੀ ਦਾ ਕਾਫਲਾ। ਉਹਨਾਂ ਕਿਹਾ ਹਾਂ ਆਏ ਜਿਹੜੇ ਸੰਗਤ ਸਾਰੇ ਨਾ ਉਹਨਾਂ ਦੇ ਸਾਰੇ ਪੁੱਛਿਆ ਇਹ ਕਿਦੂ ਪਏ ਆਉਂਦੇ ਨੇ। ਲੋਕਾਂ ਆਖਿਆ ਹੌਸਲਿਆਂ ਨਾਲ ਸੁਣੇ, ਮੈਂ ਜਲਦੀ ਨਹੀਂ ਕਰਦਾ, ਅਲੀਪੁਰ ਨਾ ਪਹੁੰਚ ਸਕਦਾ, ਤੇਰੇ ਕੋਲ ਤਾਂ ਰੱਜ ਕੇ ਮੁਕਾਣ ਦਿਵਾਵਾਂ 'ਚ ਸ਼ਾਮ ਪਈ ਆਉਂਦੀ ਹੈ। ਅਗਲੇ ਸਾਲ ਉਹ ਰੋਸੀ ਜਿਹੜਾ ਹੋਸੀ ਕਿਤਨੇ ਆਉਣ, ਪਿਛਲੇ ਸਾਲ ਇਹ ਸਫ ਦੀ ਜ਼ੀਨਤ ਜਿਹੜੇ ਕਬਰਾਂ ਦੀਆਂ ਅੱਜ ਜ਼ੀਨਤਾਂ ਬਣ ਗਏ, ਜ਼ਿੰਦਗੀ ਮੁਹਲਤ ਨਹੀਂ ਦਿੱਤੀ। ਇਤਨਾ ਰੋ ਲਵੇਂ ਜੋ ਕਬਰ ਦੀ ਪਹਿਲੀ ਰਾਤ ਜ਼ੈਨਬ ਦਾ ਜ਼ਖਮੀ ਬਿਰਾ ਤੈਨੂੰ ਨਾ ਰੋਵਣ ਦੇਵੇ। ਜਵਾਨ ਆ ਈਸਾਈ ਔਰਤ ਪੁੱਛਦੀ ਹੈ ਸਰ, ਉਹਨਾਂ ਆਖਿਆ ਕਰਬਲਾ ਜੰਗ ਹੋਈਏ ਅਤੇ ਇਹ ਉਹਨਾਂ ਬਾਗੀਆਂ ਦੇ। ਅੱਲਾਹ ਅੱਲਾਹ, ਮੇਰੇ ਕੋਲ ਲਫ਼ਜ਼ ਕੋਈ ਨਾ, ਮੈਂ ਕਿਵੇਂ ਬਦਲਾ ਹਾਂ, ਇਹ ਉਹਨਾਂ ਬਾਗੀਆਂ ਦੇ ਸਾਰੇ ਨੇ। ਈਸਾਈ ਔਰਤ ਆਦੀ ਮੈਨੂੰ ਇਜਾਜ਼ਤ ਦਿੰਦੇ ਹੋ ਮੈਂ ਇਹ ਸਰ ਵੇਖ ਲਵਾਂ। ਸਰ ਚਵਿਆ ਈਸਾਈ ਔਰਤ ਡਿੱਠੇ ਪਹਿਲੇ ਉਹ ਸਰ 'ਤੇ ਨਿਗਾਹ ਪਈ, ਹਾਈ 32 ਸਾਲਾਂ ਦਾ ਅਤੇ ਹਾਈ ਘੋੜੇ ਦੀ ਗਰਦਨ ਨਾਲ। ਬਾਬਾ ਜੀ ਇਹ ਈਸਾਈ ਔਰਤ ਆਈ ਇਹ ਆਦੀ ਏ ਹਾ ਜਵਾਨ ਹੈ ਇਹ ਲੜ ਸਕਦਾ ਹੈ। ਵਾਦ ਜਵਾਨ ਆ ਜਿਹੜੇ ਜਵਾਨ ਬੈਠੇ ਹੋ ਤੁਹਾਡੀਆਂ ਖੁਸ਼ੀਆਂ ਮਾਂ ਪਿਓ ਵੇਖਣ, ਮੈਂ ਸੱਯਦ ਦੁਆ ਕਰਨ ਆਇਆ ਖਲਾਂ। ਵਾਦ ਉਹ ਸਰ 'ਤੇ ਨਿਗਾਹ ਪਈਸ ਜਿਹੜਾ ਹਾਈ 57 ਸਾਲ ਦਾ ਅਤੇ ਦਾੜੀਏ 'ਚ ਅਕਬਰ ਦੀ ਰਾਤ ਰੱਲੀ ਹੋਈ ਆ। ਆਦੀ ਇਹ ਭਾਵੇਂ ਜ਼ਈਫ ਹੈ ਨਾ ਇਹ ਮੈਦਾਨ ਵਾਂਝ ਸਕਦਾ ਹੈ। ਤ੍ਰਿਆ ਉਹ ਸਰ 'ਤੇ ਨਿਗਾਹ ਪਈਸ ਜਵਾਨਾਂ ਦੇ ਹਿੱਸੇ ਦਾ ਵੈਣ ਹੈ, ਉਹ ਸਰ 'ਤੇ ਨਿਗਾਹ ਪਈਸ ਹਾਈ 18 ਸਾਲਾਂ ਦਾ ਅਤੇ ਮਾਂ ਬੁਰਕੇ 'ਚ ਪਾਲਾ ਆਈ। ਵੇਦੀ ਗਈਏ ਆਦੀ ਗਈਏ ਪਤਾ ਨਹੀਂ ਇਹਦੀ ਮਾਂ ਹੀ ਜੀਂਦੀ ਹੈ ਜਾਂ ਮਰ ਗਈ ਹੈ। ਮਰ ਹਵਾ ਵਤ ਉਹ ਸਰ 'ਤੇ ਨਿਗਾਹ ਪਈਸ ਜਵਾਨ ਆ ਜਿਹੜਾ ਹਾਈ 13 ਸਾਲਾਂ ਦਾ ਹਸਨ ਦਾ ਯਤੀਮ ਦਾੜੀ ਨਾ ਹੀ ਲੱਥੀ ਚਾਚੇ ਘੋੜੇ 'ਤੇ ਚਾਹ ਕੇ ਬਹਾਈ ਆਈ। ਆਦੀ ਇਹ ਭਾਵੇਂ ਮਸ ਨਿਸ ਲੱਥੀ ਲੜਨ ਦੇ ਕਾਬਿਲ ਹੈ, ਹੁਣ ਜਵਾਨਾਂ ਦੇ ਹਿੱਸੇ ਦਾ ਨਹੀਂ। ਜਿਹੜੀਆਂ ਪਰਦੇ ਦੇ ਅੰਦਰ ਮੇਰੀਆਂ ਮਾਵਾਂ ਭੈਣਾਂ ਆਈਆਂ ਬੈਠੀਆਂ ਨਾ, ਘਰ ਛੋੜ ਕੇ ਆਈਆਂ ਨੇ, ਪੁਰਸਾ ਦੇਵਣ ਆਈਆਂ ਨੇ, ਉਹਨਾਂ ਦੇ ਵਾਸਤੇ ਲਫ਼ਜ਼ ਪਿਆਦਾ ਤੁਸਾਂ ਹੀ ਸਰ ਚਵਿਆ। ਈਸਾਈ ਔਰਤ ਜਦਾਂ ਉਹ ਸਰ 'ਤੇ ਨਿਗਾਹ ਕੀਤੀ ਹੈ ਨਾ, ਸਰ ਛੋਟਾ ਸਾਂਗ ਵੱਡੀ ਆਈ, ਮੂੰਹ 'ਤੇ ਮਾਤਮ ਕਰਕੇ ਆਦੀ ਹੈ ਆਹ ਹਰਾਮੀਓ ਝੂਠ ਬੋਲੇਂਦੇ ਖਲਿਓ, ਤੁਸਾਂ ਦਿਓ ਕਰਬਲਾ ਜੰਗ ਹੋਈਏ ਇਹ ਲੜ ਸਕਦਾ ਹੈ। ਆਇਓ ਮੇਰਾ ਅੱਲਾ ਇਹ ਕਰਬਲਾ ਬਣ ਗਈ ਹੈ, ਇਹ ਕਰਬ ਉਤਨਾ ਰੋਸੇ ਜਿਤ ਬਿਸਮਿਲਾ ਗੁਨਾਹਾਂ ਦੀ ਮਾਫ਼ੀ ਮੰਗੇ, ਇਹ ਬਖਸ਼ਿਸ਼ ਦਾ ਜ਼ਰੀਆ ਹੀ ਬਹੁਤ ਬੜੀ ਨਿਜਾਤ ਹੈ ਮਜਲਿਸ ਇਮਾਮ ਹੁਸੈਨ। ਜਵਾਨ ਆ ਸੁਣ ਸੇ ਜਲੇ ਅਲੀਅਸ ਗਰ ਦੇ ਸਰ 'ਤੇ ਪਈ ਨਾ ਨਿਗਾਹ, ਉਸ ਲਈ ਇਹ ਈਸਾਈ ਔਰਤ ਆ ਦੀਏ ਮੇਰੇ ਪਾਸ ਵੇਖੇ, ਕਾਸ਼ ਇਸ ਬੱਚੇ ਦਾ ਕੋਈ ਰਿਸ਼ਤੇਦਾਰ ਮਿਲ ਵੈਂਦਾ, ਮੈਂ ਉਹਦੇ ਕੋਲ ਪੁੱਛਾਂ ਹਾਂ ਇਹਦਾ ਜੁਰਮ ਕਿਹੜਾ ਹੈ। ਜਿਵੇਂ ਖਲੀ ਆਈ ਨਾ ਫੁੱਫੀ ਦਾ ਦਾਮਨ ਪਕੜ ਕੇ 4 ਸਾਲਾਂ ਵਾਲੀ ਆਦੀ ਫੁੱਫੀ ਅਮਾ ਰਾਜ ਨਾ ਹੋਵੇ, ਗੱਲ ਤੇਰੇ ਵੀ ਰਾਹ ਦੀ ਨਹੀਂ ਹੁਣ ਮੇਰੇ ਵੀ ਰਾਹ ਦੀ ਹੈ। ਆਖੇ ਤਾਂ ਮੈਂ ਇਹਨੂੰ ਦੱਸਿਆ ਵਾਂ ਮੇਰੇ ਵਿਰਾਹ ਦਾ ਜੁਰਮ ਕਿਹੜਾ ਹੈ। ਬਾਬਾ ਜੀ ਸੁਣ ਸੋ ਅੱਲਾ ਤੇਰੇ ਪੁਰਜ਼ ਕਬੂਲ ਕਰੇ, 4 ਸਾਲਾਂ ਲਈ ਕਹਿ ਦੇਣ ਈਸਾਈ ਔਰਤ ਦੇ ਨੇੜੇ ਆ ਖਲੀਏ ਅਤੇ ਆਦੀਏ ਤੈਂ ਪੁੱਛਿਆ ਨਾ ਜੋ ਇਹਦਾ ਕੋਈ ਰਿਸ਼ਤੇਦਾਰ, ਸੱਚੀ ਪੁੱਛਦੀ ਮੈਂ ਇਹਦੀ ਸੱਕੀ ਭੈਣ ਆ, ਮੈਂ ਦੱਸਾਂ ਮੇਰੇ ਵਿਰਾਹ ਦਾ ਜੁਰਮ ਕਿਹੜਾ ਹੈ। ਵਿਰਾਵਾਂ ਮੇਰੇ ਪਾਸ ਵਿਖਿਆ ਹੈ ਮੇਰੇ ਵਿਰਾਹ ਦਾ ਜੁਰਮ ਕਿਹੜਾ ਹੈ। ਸ਼ਹਿਜ਼ਾਦੀ ਰੋ ਕੇ ਆਦੀ ਜੁਰਮ ਹੀ ਹੋਏ ਵਾਂਦੇ ਦਰਿਆ ਤੇ ਹੇ ਗੁੱਟ ਪਾਣੀ ਦਾ, ਮੇਰੇ ਸਾਹਮਣੇ ਪਾਣੀ ਹੈ। ਇੱਕ ਵਾਰੀ ਸਾਰੇ ਰਲ ਕੇ ਆਖੋ ਚਾ ਰੁਬਾਬ ਦਾ ਬਛੜਾ
ਕਰਬਲਾ ਤਸਾਂ ਮਾਰਾ ਗਈਆਂ, ਅੱਜ ਸਾਡੇ ਕੋਲ ਪਾਣੀ ਹੈ ਆ ਕਰਬਲਾ ਤਸਾਂ ਕੁਛ ਗਏ ਨਾ, ਕਾਸ਼ ਇਹ ਰੋਵਣ ਵਾਲੇ ਕਰਬਲਾ ਹੁੰਦੇ, ਅਲੀਅਸ ਗਰੀਨ ਤਸਾਂ ਨਾ ਮਰੀਂਦਾ। ਬਸ ਮੈਂ ਹੁਣ ਵਹਿਣ ਕਰਾਂ, ਤਿੰਨ ਚਾਰ ਮਿੰਟ ਦਾ ਵਹਿਣ ਅਤੇ ਮੁਕਾਨ ਪੂਰੀ ਹੋ ਜਾਵੇ। ਅੱਲਾ ਭਾਈ ਤੇਰਾ ਬਾਸ ਦੀਆਂ ਜ਼ਿੰਦਗੀਆਂ ਕਰੇ, ਮਾਲਿਕ ਉਹਨਾਂ ਨੂੰ ਇਸ ਮਿਸ਼ਨ ਦੀ ਕਾਮਯਾਬੀ ਦੇਵੇ। ਜਵਾਨਾ ਦਾਵੀ ਦਾ ਜ਼ੁਲਮ ਦਾ ਦੇਹ ਚੜਿਆ ਜੀ, ਤੇਰ ਭਾਈ ਦੀ ਹਮਸ਼ੀਰਾ ਮਰੀਜ਼ ਹਨ, ਮਾਲਿਕ ਅਲੈਡ ਹਸਪਤਾਲ ਵਿੱਚ ਮਰੀਜ਼ ਹਨ, ਮਾਲਿਕ ਜ਼ਖਮੀ ਕੰਨਾਂ ਵਾਲੀ ਸੈਣ ਦਾ ਵਾਸਤਾ ਹੀ, ਮਾਲਿਕ ਉਹ ਸੈਣ ਦਾ ਵਾਸਤਾ ਹੀ ਸਰ ਚਵਿਆ, ਉਹ ਸੈਣ ਦਾ ਵਾਸਤਾ ਹੀ ਜੈਂਦਾ ਚਿਹਰਾ ਸ਼ਿਮਰ ਦੇ ਤਮਾਚੇ ਤੂੰ ਛੋਟਾ ਆਈ, ਸ਼ਿਮਰ ਦਾ ਹੱਥ ਵੱਡਾ ਆਈ। ਉਹ ਜਵਾਨ ਮੇਰੇ ਪਾਸ ਵੇਖੇ, ਉਸ ਮਰੀਜ਼ਾਂ ਦੀ ਸ਼ਿਵਾਯਾਬੀ ਵਾਸਤੇ ਸੈਦ ਇੱਕ ਲਫ਼ਜ਼ ਪਿਆਦਾ ਹੈ, ਕਿਸਮਤ ਭੈਣ ਫਿਰਾ ਦੀ, ਕਿਸਮਤ ਅਲੀ ਅਸਗਰ ਤੇ ਸੈਣ ਸਕੀਨਾ ਦੀ, ਸਰ ਚਾਵੇ ਭੈਣ ਦਾ ਚਿਹਰਾ ਸ਼ਿਮਰ ਦੇ ਹੱਥ ਤੂੰ ਛੋਟਾ, ਫਿਰਾ ਦਾ ਗੱਲ ਅਲੀ ਅਸਗਰ ਦੇ ਤੀਰ ਤੂੰ ਛੋਟਾ ਆਈ। ਮਰਹਬਾ ਮਰਹਬਾ, ਮਾਲਿਕ ਤੇਰੇ ਪੁਰਸ਼ੇ ਕਬੂਲ ਕਰੇ, ਤੇਰੀ ਮੁਕਾਨ ਕਬੂਲ ਹੋਵੇ। ਗਰੀਬ ਆਖਲ ਹੈ ਝੂਲੇ ਦੇ ਨਾਲ, ਅਲੀ ਅਸਗਰ ਮੇਰੀ ਮਜ਼ਲੂਮੀਅਤ ਦੇ ਗਵਾਹੀ ਗਵਾਹ ਗਵਾਹੀ ਦੇਵਣ ਵਾਲੇ ਸਾਰੇ ਟੁਰ ਗਏ, ਇੱਕ ਤੂੰ ਬਚ ਗਈਆਂ, ਮੇਰੀ ਮਜ਼ਲੂਮੀਅਤ ਦੀ ਗਵਾਹੀ ਦੇਣਾ ਹੈ। ਅਦੇ ਬਾਬਾ ਇੱਕ ਵਾਰੀ ਚਾਹ ਕੇ ਮੈਦਾਨ ਲੈ ਵਾਂ, ਇਹੋ ਜਿਹੀ ਗਵਾਹੀ ਦੇਵਾਂ ਜੋ ਕਿਆਮਤ ਤੱਕ ਤੇਰੇ ਦੁਸ਼ਮਣ ਤੇਰੇ ਬਏ ਗਵਾਹਾਂ ਦੀ ਗਵਾਹੀ 'ਤੇ ਪਰਦਾ ਪਾਵੇਨ, ਤਾਂ ਪਾ ਲੈਸਨ ਮੇਰੀ ਮਜ਼ਲੂਮੀਅਤ ਦੀ ਗਵਾਹੀ 'ਤੇ ਪਰਦਾ ਨਾ ਪੈਸਨ। ਹੁਣ ਮੇਰੇ ਪਾਸੇ ਵੇਖੇ ਵਹਿਣ ਪਿਆ ਕਰੇ ਨਾ, ਅਈਂ ਗਰੀਬ ਚਾਲੀ ਹੈ ਅਲੀ ਅਸਗਰ ਨੂੰ ਫੌਜ ਅਸ਼ਕੀਆ ਦੇ ਸਾਹਮਣੇ ਆਇਆ ਖਲੈ, ਅਦ ਕਦ ਕਾਤਲੂ ਔਲਾਦੀ ਵਾ ਇਖਵਾਨੀ। ਮਾਲਿਕ ਤੁਹਾਡੇ ਅਗਰ ਹੋ ਸਕੇ ਤਾਂ ਝੂਲਾ ਮਿੰਬਰ 'ਤੇ ਗਹਿਣਾ ਸਨ, ਮੈਂ ਵਹਿਣ ਪਿਆ ਕਰੇ ਨਾ, ਮੈਂ ਇਹਨਾਂ ਆਜ਼ਾਦਾਰਾਂ ਨੂੰ ਸ਼ਹਿਜ਼ਾਦੇ ਦਾ ਝੂਲਾ ਹੀ ਵਿਖਾਈ ਸਾਂ, ਰੱਜ ਕੇ ਦੁਆਈ ਵੀ ਮੰਗਸੀਏ। ਆਜ਼ਾਦਾਰੋਂ ਹੋ ਸਕੇ ਤਾਂ ਝੂਲਾ ਗਹਿਣਾ। ਮੇਰੇ ਪਾਸੇ ਵਿਖਿਆ ਮਾਤਮੀਓ, ਅਈਂ ਗਰੀਬ ਚਾਈ ਖਲਾਈ ਨਾ, ਅਦ ਲੋਗੋ ਤੁਸਾਂ ਮੇਰੇ ਵਿਰਾ ਮਾਰ ਛੋੜੇ ਨੇ, ਤੁਸਾਂ ਮੇਰੇ ਪੋਤਰੀ ਮਾਰ ਛੋੜੇ ਨੇ, ਵਕਾਦ ਬਾਕੀ ਹਾਜ਼ਾ ਤਿਫਲੇ ਸਗੀਰ ਅਈਓ ਬਚ ਗਈ ਹੈ, ਅਤੇ ਇੱਕ ਗੁੱਟ ਪਾਣੀ ਦਾ ਦੇਂਦੇ ਹੋ। ਸੁਣ ਸੋ ਜਿਹੜੇ ਕਲਮਾ ਪੜ੍ਹਦੇ ਹਨ ਨਾ, ਉਹ ਬਹਿ ਪਾਸੇ ਕੰਢ ਕਰਕੇ ਆਦੇ ਨੇ, ਪੀਂਦਾ ਆਪ ਅਤੇ ਨਾ ਬਾਲਦਾ ਕਰ। ਸ਼ਾਮ ਹੋ ਵਜੇ ਇਸ ਲਫ਼ਜ਼ 'ਤੇ ਰੋਂਦੇ ਰਵੀਏ, ਹੱਕ ਅਦਾ ਨਹੀਂ ਹੁੰਦਾ। ਕਲਮਾ ਪੜ੍ਹਨ ਵਾਲੇ ਆਦੇ ਨੇ, ਪੀਂਦਾ ਆਪੇ ਅਤੇ ਨਾ। ਇਹ ਜੁਮਲਾ ਮੈਂ 2 ਸਾਲ ਪਹਿਲੇ ਮੁਜ਼ੱਫਰਗੜ੍ਹ ਪੜ੍ਹਿਆ। ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਆਖਣ ਲੱਗਾ, ਸੈਯਦਾਦਾ ਉਬਾਲ ਕਿਉਂ ਪਿਆ ਕਰੇ ਨਾ, ਇਹ ਸਿਰਫ ਕਲਮਾ ਨਾ ਨਹੀਂ ਪੜ੍ਹਦੇ, ਇਹ ਕਾਰੀ ਵੀ ਹਾਨੀ, ਇਹ ਹਾਫਿਜ਼ ਹੀ ਹਨ, ਇਹ ਕਾਰੀ ਵੀ ਹਨ। ਜਿਹੜੇ ਰੋਵਣ ਆਇਓ ਸਿਰਫ ਬਾਈ ਜਾਨ, ਹਾਫਿਜ਼ ਅਤੇ ਕਾਰੀ ਨਾ, ਜਿਵੇਂ ਦਾਵੀ ਦਾ ਦੇਹ ਚੜਿਆ ਨਾ, ਇੱਕ ਬੈਨੂ ਆਦੇ ਹਨ ਜਲਦੀ ਮਾਰੋ ਅਸਾਂ ਜੁੰਮਾ ਪੜ੍ਹਨਾ। ਮਰਹਬਾ, ਹਾਂ ਜਾਂਦੀ ਹੈ ਨਾ ਰੋਕੇ, ਇਹ ਤੁਹਾਡੀ ਬਖਸ਼ਿਸ਼ ਦਾ ਜ਼ਰੀਆ ਹੈ। ਮਰਹਬਾ, ਆਦੇ ਹਨ ਪੀਂਦਾ ਆਪੇ ਨਾ ਬਾਲਦਾ ਕਰੇ ਨਾ, ਬਲਕਿ ਅੱਖਾਂ ਜੁਮਲਾ ਉਹ ਮਾਤਮੀਓ ਦਾਵੀ ਦਾ ਦੇ,
ਏਡਾ ਜ਼ੁਲਮ ਦਾ ਦੇਹ ਚੜਿਆ ਈ ਨਾ, ਅੱਲਾ ਜਾਣੇ 30,000 ਮਾਰਨ ਆਇਆ ਵਧਾਈ, ਅੱਲਾ ਜਾਣੇ 5 ਲੱਖ ਆਈ, ਅੱਲਾ ਜਾਣੇ 9 ਲੱਖ ਆਈ, ਸਰ ਜਾਵੇ ਏਡਾ ਜ਼ੁਲਮ ਦਾ ਦੇਹ ਆਈ, ਹਰ ਕੋਈ ਆਦਾਈ ਮਾਰੋ ਹਿੱਕਾ ਬਹਿਣਾ ਦੀ ਆਈ ਨਾ ਮਾਰੋ। ਹਾਏ ਹਾਏ ਕਰਬਲਾਏ, ਮੈਂ ਵਾਧਾ ਦਬੀਆਂ, ਹਰ ਕੋਈ ਆਦਾਈ ਮਾਰੋ ਹਿੱਕਾ ਬਹਿਣਾ ਦੀ ਆਈ। ਹਾਏ ਓ ਮੇਰਾ ਅੱਲਾ, ਤੇਰੇ ਸੀਨੇ 'ਚ ਰਬਾਬ ਦੇ ਪੁੱਤਰ ਦਾ ਦਰਦ ਏ, ਤੂੰ ਮਾਤਮੀ ਏ, ਤੂੰ ਆਜ਼ਾਦਾਰ ਏ, ਤੂੰ ਮੁਕਾਣੀ ਬਣ ਕੇ ਆਇਆ ਬੈਠਾ, ਤੇਰੀ ਤਾਂ ਹਾਏ ਨਿਕਲਣੀ ਹੈ ਨਾ। ਅੱਲਾ ਦੀ ਕਸਮ ਏ, ਮੰਜ਼ਰ ਕਰਬਲਾ ਬਣਿਆ, ਅਲੀ ਅਕਬਰ ਆਇਆ ਤੇ ਇਹ ਹਾਲ ਨਹੀਂ ਬਣਿਆ, ਮੌਲਾ ਅਬਾਸ ਆਏ ਨ ਮਾਤਮੀ ਹੈ ਹਾਲ ਨਹੀਂ ਬਣਿਆ, ਜਿਹੜਾ ਅਲੀ ਅਸਗਰ ਦੇ ਆਵਣ 'ਤੇ ਬਣਿਆ, ਜਿਹੜੇ ਮਾਰਨ ਆਏ ਵਧਿਆਨਾ ਉਹ ਹੀ ਹੁਣ ਕੰਡ ਕਰਕੇ ਰੋਵਣ ਲੱਗ ਗਏ। ਉਮਰ ਸਾਹਿਬ 'ਤੇ ਅੱਲਾ ਲਾਨਤ ਕਰੇ, ਉਹ ਪਤਾ ਕਿ ਖਲਾ ਦੇ, ਉਹ ਆਦੇ ਇਹ ਨਿੱਕਾ ਜੀ ਹੈ ਅਤੇ ਮੇਰੀ ਜਿੱਤੀ ਹੋਈ ਜੰਗ ਹਰਾਈਂਦਾ ਵੀ ਹੈ। ਆਓ ਗਹਿਣਾ ਉਹ ਸ਼ਹਿਜ਼ਾਦੇ ਦਾ ਝੂਲਾ, ਇੱਥੇ ਗਹਿਣਾ ਮੈਂ ਬੈਣ ਕਰੇ ਸਾਂ, ਸ਼ਹਿਜ਼ਾਦੇ ਦਾ ਝੂਲਾ ਤੁਹਾਨੂੰ ਵਿਖਾਈ ਸਾਂ, ਇੱਥੇ ਰੱਖੋ ਮੇਰੇ ਮੌਲਾ ਦਾ ਝੂਲਾ। ਬਸ ਠੀਕ ਹੈ, ਬਸ ਠੀਕ ਹੈ, ਪੜਾ ਵਹਿਣ ਛੋਟਾ ਜਿਹਾ ਮੌਲਾ ਦਾ। ਮਾਤਮੀਓ ਇੱਕ ਜੁਮਲਾ ਸਮਝਾਉਣਾ ਚਾਹੁੰਦਾ, ਇਹ ਜਿਹੜੇ ਆਜ਼ਾਦਾਰ ਇਸ ਪਾਸੇ ਬੈਠੇ ਨੇ ਇਹਦੇ ਸਾਹਮਣੇ ਆ ਵਜੋ ਮਾਤਮੀਓ, ਤੁਹਾਡੀ ਮੁਕਾਨ ਹੈ, ਖਲਲ ਨਹੀਂ ਆਉਣਾ ਚਾਹੀਦਾ, 3-4 ਮਿੰਟ ਮੈਂ ਤੁਹਾਡੇ ਸਾਹਮਣੇ ਖਲਾਂ, ਮੇਰੇ ਸਾਹਮਣੇ ਆ ਵਜੋ, ਮੈਂ ਰੁਬਾਬ ਦੇ ਪੋਤਰ ਦਾ ਝੂਲਾ ਵਿਖਾਵਾਂ ਤੁਹਾਨੂੰ। ਬਸ ਠੀਕ ਹੈ ਜੀ, ਇੱਕ ਜੁਮਲਾ ਸੁਣਾਉਣਾ ਚਾਹੁੰਦਾ, ਸੁਣ ਸੋ ਮਾਤਮੀਓ। ਅੱਲਾਹ ਅਕਬਰ, ਉਮਰ ਸਾਹਿਬ 'ਤੇ ਅੱਲਾ ਲਾਨਤ ਕਰੇ, ਆਖੋ ਚਾਹ ਇਹ ਹੁਰਮਿਲ ਨੂੰ ਆਦਾ ਹੁਰਮਲਾ, ਵੱਡੇ ਵੱਡੇ ਜਵਾਨ ਆਏ ਨੇ ਅਤੇ ਇਹ ਹਾਲ ਨਹੀਂ ਬਣਿਆ, ਇਹ ਨਿੱਕਾ ਜੀ ਆਇਆ ਅਤੇ ਮੇਰੀ ਫੌਜ ਬਾਗੀ ਪਈ ਆਉਂਦੀ ਹੈ, ਉਸਲੇ ਜਿਹੜੇ ਮਾਰਨ ਆਏ ਵਧਿਆਨ ਉਹ ਆਦੇ ਨੂੰ ਉਮਰ ਸਾਦ ਅੱਲਾ ਲਾਨਤ ਕਰੀ, ਦੇਹ ਚੜਿਆ ਅਤੇ ਲੁੱਟ ਪਈਏ, ਅਸਾਂ ਤੇਰੇ ਕੋਲ ਪੁੱਛਦੇ ਅਸੇ ਗਰੀਬ ਦੇ ਖਾਇਮੇ 'ਤੇ ਲੁੱਟ ਕਿਉਂ ਪਵਈ ਨਾ, ਤੂੰ ਆਦਾਵੇਂ ਬਈਅਤ ਨਹੀਂ ਕਰੇਂਦਾ, ਹਰਾਮੀਆ ਇਹਦੇ ਕੋਲ ਬਈਅਤ ਕਾਏ ਮੰਗੀਏ ਜਿਹੜਾ ਬੋਲੀ ਨਹੀਂ ਬੋਲ ਸਕਦਾ। ਕਰਬਲਾ ਬਣਾਈ ਬੈਠਾ ਹੈ, ਕਰਬਲਾ ਬਣਾਈ ਬੈਠਾ ਹੈ, ਬਲਕਿ ਮੈਂ ਸੈਯਦ ਝੋਲੀ ਚਾਹ ਕੇ ਦੁਆ ਮੰਗਦਾ, ਮੇਰਾ ਅੱਲਾ ਸ਼ੇਰਗਰ ਦੀ ਧਰਤੀ ਧਰਤੀ 'ਤੇ, ਇਹ ਆਮ ਧਰਤੀ ਨਹੀਂ, ਇਹ ਸ਼ਹੀਦਾਂ ਦੀ ਧਰਤੀ ਹੈ, ਇਹ ਇੱਥੇ ਮੌਜਜ਼ੇ ਥੈਨ ਕਰਾਮਤਾਂ ਥਈਆਂ, ਮੇਰਾ ਮਾਲਿਕ ਅਲੀ ਅਸਗਰ ਦੇ ਝੂਲੇ ਦਾ ਵਾਸਤਾ ਹੀ, ਜਿਨ੍ਹਾਂ ਦੀ ਝੋਲੀ ਖਾਲੀ ਹੈ ਨਾ ਆਉਂਦੇ ਸਾਲ ਉਹ ਪੋਤਰ ਗਹਿਣ ਕੇ ਆਵੇ, ਜਿਨ੍ਹਾਂ ਦੇ ਬਚੜੇ ਮਰੀਜ਼ ਹਨ ਮੇਰਾ ਅੱਲਾ ਅਲੀ ਅਸਗਰ ਦਾ ਵਾਸਤਾ ਹੀ ਉਹਨਾਂ ਨੂੰ ਸ਼ਿਫਾ ਮਿਲ ਵਜੇ। ਸੁਣ ਸੇ ਮਾਤਮੀ ਆ, ਜਦ ਹਾਲਤ ਬਦਲੀਏ ਨਾ, ਉਮਰ ਸਾਦ ਹੁਰ ਮਿਲ ਨੂੰ ਆਖਿਆ ਹੈ, ਹੁਣ ਇੰਜ ਕਰ ਇਸ ਅਲੀ ਅਸਗਰ ਨੂੰ ਪਾਣੀ ਪਿਵਾ। ਮੈਂ ਸਖਤ ਰਿਵਾਇਤ ਨਹੀਂ ਸੁਲਤਾਨ ਬਾਈ, ਮੈਂ ਹੁਣ ਇੱਕ ਇਸ਼ਾਰਾ ਦੇਵਣਾ ਹੈ, ਅਦਬ ਪੜ੍ਹਨਾ ਹੈ, ਮੈਂ ਵੇਖਣਾ ਹੈ ਸ਼ੇਰਗੜ ਵਾਲੇ ਅਦਬ 'ਤੇ ਕਿਤਨਾ ਰੋ ਸਕਦੇ ਨੇ। ਉਮਰ ਸਾਦ ਆਦੇ ਪਾਣੀ ਪਿਵਾ, ਹੁਰਮਲੇ ਆਪਣੇ ਸਮਾਨ 'ਚੋਂ ਇੱਕ ਜਾਮ ਚਾਇਆ, ਜਿਨ੍ਹਾਂ ਦੀ ਹਾਏ ਨਹੀਂ ਨਿਕਲੀ ਜਾਮ ਹਾਈ, ਨਹੀਂ ਇੱਕ ਜਾਮ ਚਾਇਆ ਛੋਟਾ ਹਾਈ ਉਹ ਰੱਖ ਛੋੜਿਆ, ਵਾਤ ਇਸ ਦੂਆ ਜਾਮ ਚਾਇਆ ਆਦਾ ਇਹ ਵੀ ਛੋਟਾ ਹੈ ਰੱਖ ਛੋੜਿਆ, ਅਦਬ ਵੇਖੇ ਵਾ ਤ੍ਰੀਆ ਜਾਮ ਚਾਇਆ ਆਦਾ ਛੋਟਾ ਹੈ ਰੱਖ ਛੋੜਿਆ। ਸਰ ਚਾਵੇਂ ਮਿੰਬਰ ਦੇ ਤਕੱਦਸ ਦੀ ਕਸਮ ਹੈ, ਸ਼ਹਿਜ਼ਾਦੇ ਦੇ ਝੂਲੇ 'ਤੇ ਮੇਰਾ ਹੱਥ ਹੈ, ਬਾਤਮੀਆ ਇਸ ਹਰਾਮੀ ਹੁਣ ਉਹ ਜਾਮ ਚਾਇਆ ਹੈ ਜਿਸ ਨਾਲ ਜੰਗ 'ਚ ਹਾਥੀਆਂ ਨੂੰ ਪਾਣੀ ਪਿਵਾਇਆ ਵੈਂਦਾ ਹੈ।
ਅਦਬ ਸਮਝ ਕੇ ਰੋਵਣ ਵਾਲੀ ਕੌਮ ਬੈਠੀ ਹੈ। ਮਰਹਬਾ, ਪਹਿਲਾ ਜਾਮ ਚਾਇਸ ਵੀਟਿਆ ਗਿਆ ਹੈ, ਦੂਆ ਵੀ ਵੀਟਿਆ ਗਿਆ ਹੈ, ਤ੍ਰੀਆ ਵੀ ਵੀਟਿਆ ਗਿਆ ਹੈ। ਮਾਤਮੀਆ ਸੁਣ ਸੈਂ, ਜਿੱਦਾਂ ਚੌਥਾ ਜਾਮ ਚਾਇਸ ਨਾ, ਓਲੇ ਉਮਰ ਸਾਦ ਆਦਾ ਹੁਰਮਲਾ, ਹੈ ਤਾਂ ਦੁਨੀਆ ਦਾ ਵੱਡਾ ਤੀਰ ਅੰਦਾਜ਼, ਤੂੰ ਇਹਨੂੰ ਤੀਰ ਮਰੇਂਦਾ ਕਿਉਂ ਨਹੀਂ? ਆਦਾ ਕਮੀਨਾ, ਤੂੰ ਕਈਨੂੰ ਨਿਸ਼ਾਨਾ ਛੋਟਾ ਪਿਆ, ਆਦਾ ਮੇਰੇ ਕੋਲ ਆ, ਮੇਰੇ ਕੋਲ ਆ, ਮੈਂ ਤੈਨੂੰ ਵਿਖਾਈਨਾ, ਮੈਂ ਤਰੀਖ ਪੜ੍ਹਨ ਦੱਸ ਦੀਆਂ। ਹੁਰਮਿਲ ਤੇ ਅੱਲਾ ਲਾਨਤ ਕਰੇ, ਉਮਰ ਸਾਦ ਤੇ ਅੱਲਾ ਲਾਨਤ ਕਰੇ, ਇਸ ਉਮਰ ਸਾਦ ਨੂੰ ਛੱਡਿਆ, ਆਪਣੇ ਕੋਲ ਖਲਾਰਿਆ। ਆਦਾ ਵੇਖ ਕਿਵੇਂ, ਆਦਾ ਮੈਂ ਕਮਾਨ ਕੁਛ ਕਢੇਨਾ, ਸਾਹਮਣੇ ਲੜਕਨਾ ਦਾ ਹਲ ਵੈਂਦਾ ਹੈ, ਅੱਲਾ ਜਾਣੇ ਇਸ ਦੇ ਮਾਂ ਹੈ, ਅੱਲਾ ਜਾਣੇ ਇਸ ਦੇ ਭੈਣ ਹੈ। ਰੋ ਲੈ ਰੁਬਾਬ ਦੁਆ ਕਰੇ ਸੀਆ, ਮਾਤਮ ਕਰ ਲੈ ਜ਼ਹਰਾ ਰਾਜ਼ੀ ਹੋ ਸੀਆ, ਆਦਾ ਮੈਂ ਛੇਖ ਦੇ ਲੈ ਲੜਕਨਾ ਦਾ ਹਲ ਵੈਂਦਾ ਹੈ, ਅੱਲਾ ਜਾਣੇ ਮਾਂ ਹੈ, ਅੱਲਾ ਜਾਣੇ ਭੈਣ ਹੈ। ਜਿਹੜੇ ਕੁਰਾਨ ਲੈ ਕੇ ਕਾਇਲ ਸਜੇ ਕਾਇਲ ਖਬੇ, ਜਿਹੜੇ ਕੁਰਾਨ ਲਿਖੈਂਦੀ ਹੈ ਆਦੀ ਝਲ ਝਲ ਮਾਰ ਮੈਡਾ ਬੋਲੀ ਨਹੀਂ। ਵਾਹ ਭਾਈ ਵਾਹ, ਮਰ ਹਵਾ ਮਰ ਮਾਤਮ ਤੁਹਾਡਾ ਹੜਕ ਬਣਦਾ। ਬਿਸਮਿਲਾ, ਤੀਰ ਜੋ ਲੱਗਾ ਖੀਵੇਂ ਲੱਗਾ, ਮੈਂ ਤਰਜਮਾ ਨਹੀਂ ਕਰਨਾ, ਮੈਂ ਇਸ਼ਾਰਾ ਦੇਵਣਾ ਹੈ। ਰੋਸੀਓ ਜਿਹਨੂੰ ਇਸ਼ਾਰਾ ਨਜ਼ਰ ਆਉਣਾ ਹੈ, ਪਹਿਲਾ ਇਸ਼ਾਰਾ ਮਿਨਲ ਵਰੀਦ ਲਾਲ ਵਰੀਦ, ਦੂਜਾ ਇਸ਼ਾਰਾ ਮਿਨਲ ਹੋਜ਼ਨ ਲਾਲ ਹੋਜ਼ਨ, ਤਰੀਜੀ ਜ਼ਾਕਿਰ ਭਾਈ ਸਰ ਦੇ ਰਿਵਾਇਤ, ਘੁੰਮਦੇ ਆਲਮ ਤੂੰ ਕਾਏ ਪੁੱਛ ਲਿਆ ਹੈ, ਕਿਬਲਾ ਜਿਹੜਾ ਹੁਰਮਿਲ ਤੀਰ ਮਾਰਾ ਹੈ, ਇਸ਼ਾਰੇ ਜੁਤਰਾਏ ਹਨ ਇਸ ਤਰ੍ਹਾਂ ਤੀਰ ਮਾਰਨ, ਕਿਬਲਾ ਦੇ ਤੀਰ ਤਰਾਏ ਨਾਨ ਤੀਰ ਹੈ ਕਾਇ, ਕਿਬਲਾ ਇਸ਼ਾਰੇ ਤਰਾਏ ਕਿਉਂ, ਰੋ ਕੇ ਆਦਾ ਜਿਹੜਾ ਇਸ ਤੀਰ ਮਾਰਾ ਹੈ, ਤੀਰ ਹੈ ਕਾਈ ਕਾਨੀਆ ਤਰਾਏ, ਹੈ ਗੱਲ ਚ ਲੱਗ ਗਈ ਹੈ ਬਾਈ, ਕੰਨ ਚ ਲੱਗ ਗਈ ਹੈ ਬਾਈ ਸਾਰੇ ਚ। ਮਾਤਮ ਕਰੇ ਮੈਂ ਨਹੀਂ ਛੋੜੇਂਦਾ, ਬਿਸਮਿਲਾ, ਹਜੇ ਤਾਂ ਮੈਂ ਸ਼ਹਿਜ਼ਾਦੇ ਦਾ ਝੂਲਾ ਹੁਣ ਵੇਖਾਵਣਾ। ਬਿਸਮਿਲਾ, ਸਰ ਤੇ ਹੱਥ ਮਾਰੇ, ਓ ਮਾਤਮੀਆ ਹਜਾ ਰੋਵਣ ਨਾ ਪਿਆ, ਮੁੰਡਾ ਹੋਵੀ ਮਜਲਿਸ ਹੋਣੇ ਮੁੱਕ ਵਜਣੀ ਹੈ, ਘਰ ਲਗਾ ਵਣੇ ਇੱਕ ਪਿਰੰਦਾ ਚ ਪਕੜੇ, ਉਹਨੂੰ ਜੀਵਾ ਚ ਕਰੇ ਵਾਥ, ਉਹਨੂੰ ਛੋੜ ਦੇਵੇ ਉਹ ਪਰ ਮਰੇ ਲੈ, ਉਹ ਪੈਰ ਹਲੈਂਦਾ ਹੈ ਛੇਵਾਂ ਇਮਾਮ ਆਦਾ ਹੈ, ਯਾ ਤਾਂ ਰਫ ਰਫੋ ਕਾ ਤੈਰਲ ਮਜ਼ਬੋ, ਜਦਾਂ ਪਿਓ ਦੇ ਹੱਥਾਂ ਤੇ ਤਰਾਏ ਫੱਲਾ ਤੀਰ ਲਗਾਏ, ਕਾਲੇ ਨਿੱਕੀਆਂ ਨਿੱਕੀਆਂ ਬਾਈ ਮਰੇਂਦਾ ਹੈ, ਕਾਲੇ ਛੋਟੇ ਛੋਟੇ ਪੈਰ ਹਲੈਂਦਾ ਹੈ। ਮਰਹਬਾ, ਇਹ ਕਰਬਲਾ ਬਣ ਗਈ ਹੈ। ਬਿਸਮਿਲਾ, ਮੈਂ ਨਹੀਂ ਛੋੜੇਂਦਾ, ਭਾਈ ਜਾਨ ਦੁਆ ਕਰਿਆ ਹੈ, ਸਰ ਚਵਿਆ ਹੈ, ਮੈਂ ਰਿਵਾਇਤ ਸਮਝਾਉਣਾ ਚਾਹਨਾ, ਕਾਲੇ ਨਿੱਕੇ ਨਿੱਕੇ ਪੈਰ ਮਰੇਂਦਾ ਹੈ, ਕਾਲੇ ਨਿੱਕੇ ਨਿੱਕੇ ਹੱਥ ਹਲੈਂਦਾ ਹੈ, ਫੇਰ ਆਂਜ ਨੂੰ ਰਬਾਬ ਚੁੰਮਦੀ ਹਾਈ, ਹੱਥ ਆਂਜ ਨੂੰ ਸਕੀਨਾ ਬੋਸੇ, ਤੂੰ ਸੁਣ ਕੇ ਰੋਂਦਾ ਪਿਆ ਮਾਂ ਦਰਵਾਜ਼ੇ। ਮਰਾ
ਮਰਹਬਾ ਮਰਹਬਾ ਬਲਕਿ ਮੇਰਾ ਦਿਲ ਆਦਾ ਮੈਂ ਸ਼ਹਿਜ਼ਾਦੇ ਦਾ ਝੋਲਾ ਵੀ ਖਾਵਾਂ ਇੱਕ ਵਾਰੀ ਸਾਰ ਚਾਓ ਇਹ ਛੋਟੇ ਜੇ ਅਲੀ ਅਸਗਰ ਦਾ ਚੋਲਾ ਹੈ ਮਾਤਮੀਆ ਭੈਣਾਂ ਛੋਟੇ ਭਰਾਵਾਂ ਦੇ ਚੋਲੇ ਸਿਵਾਈ ਦੀਆਂ ਭੈਣਾਂ ਦੀ ਹਸਰਤ ਆਉਂਦੀ ਹੈ ਪੋਸ਼ਾਕ ਚਿੱਟੀ ਹੋਵੇ ਇਹ ਰਾਤ ਲੱਗੀ ਵਧੀਏ ਜਦੋਂ ਅਸਗਰ ਖੈਮੇ ਆਇਆ ਹੈ ਸਕੀਨਾ ਪੁੱਛਦੀ ਹੈ ਪਾਣੀ ਪੀ ਹੁਸੈਨ ਸੱਤ ਦਫਾ ਕੁੱਟਾ ਹੋਇਆ ਪੋਤਰ ਚੈ